ਇੱਥੇ ਆਉਣ ਦਾ ਤੁਹਾਡਾ ਢਿੰਡ ਸਾਹਿਬ ਕੀ ਮਕਸਦ ਆ ਤੇ ਇੱਥੋਂ ਕੀ ਕੋਈ ਨਵੀਂ ਸ਼ੁਰੂਆਤ ਕਰਨ ਜਾ ਰਹੇ ਹੋ ਅੱਜ ਇੱਥੇ? ਐਕਚੁਅਲੀ ਅੱਜ ਤਾਂ ਅਸੀਂ ਪਹਿਲਾਂ ਇੱਥੇ ਤੋਂ ਮਿਲਣੇ ਆਏ ਆ ਤੇ ਕਿਉਂਕਿ ਆਉਣ ਤੋਂ ਪਹਿਲਾਂ ਜਾ ਕੇ ਨੈਣ ਸਿੰਘ ਦੇ ਬੁੱਤੇ ਨਮਸਕਾਰ ਕਰਨਾ ਜ਼ਰੂਰੀ ਸੀ, ਇਸ ਕਰਕੇ ਉੱਥੇ ਆਏ ਤੇ ਅੱਜ ਸਾਡਾ ਹੈ ਖੰਨੇ ਪ੍ਰੋਗਰਾਮ। ਖੰਨੇ ਕੁਛ ਸੱਜਣਾਂ ਨੇ ਕੁਛ ਐਸੋਸੀਏਸ਼ਨ ਨੇ ਜੁਆਇਨ ਕਰਨਾ, ਉਹਨਾਂ ਨੂੰ ਜੁਆਇਨ ਕਰਨ ਦੱਸੇ ਆਏ ਹਾਂ, ਇਸ ਕਰਕੇ ਮੇਨ ਅੱਜ ਖੰਨੇ ਦਾ ਬਣ। ਠੀਕ ਹੈ, ਹੋਰ ਕੋਈ ਨਵਾਂ ਪ੍ਰੋਗਰਾਮ ਸ਼ੁਰੂਆਤ? ਪ੍ਰੋਗਰਾਮ ਤਾਂ ਹੈ ਕਿ ਪਹਿਲਾਂ ਸਭ ਤੋਂ ਵੱਡਾ ਪ੍ਰੋਗਰਾਮ ਤਾਂ ਇਹੀ ਹੈ ਕਿ ਅਸੀਂ ਆਪਣੀ ਪਾਰਟੀ ਤੱਕ ਹੀ ਕਰਨੀ ਹੈ ਪਹਿਲਾਂ। ਜਿੰਨੇ ਕੋਈ ਵਿਚਾਰੇ ਘਰਾਂ 'ਚ ਬੈਠੇ ਨੇ, ਕੋਈ ਦੂਜੀਆਂ ਪਾਰਟੀਆਂ ਚਲੇ ਗਏ, ਤੰਗ ਆਏ ਸੁਮੀਰ ਤੋਂ, ਉਹਨਾਂ ਸਾਰਿਆਂ ਨੂੰ ਇਕੱਠੇ ਕਰ ਲਏ, ਉਹਨੂੰ ਇਕੱਠੇ ਕਰਕੇ ਪਾਰਟੀ ਸਟਰੋਂਗ ਕਰਕੇ ਫਿਰ ਭਰਤੀ ਕਰਕੇ ਅਸਲੀ ਅਕਾਲੀ ਦਲ ਜਿਵੇਂ ਅਕਾਲੀ ਦਲ ਦਾ ਵਿਧਾਨ ਹੈ ਉਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਬਣਾਉਣਾ। ਹੋਰ ਵੀ ਕੋਈ ਨਵੇਂ ਇਸ ਇਲਾਕੇ ਦੇ ਵਿੱਚੋਂ ਹੋਰ ਜਿਹੜੇ ਲੀਡਰ ਨੇ ਕੋਈ ਛੱਡ ਕੇ ਤੁਹਾਡੇ ਨਾਲ ਆ ਰਹੇ ਨੇ? ਦੇਖੋ ਨਾਲ ਸਾਰੇ ਲੀਡਰ ਖੜੇ ਨੇ, ਹੋਰ ਵੀ ਆਉਣਗੇ ਇਹਨਾਂ ਦੇ, ਇਹ ਤਾਂ ਇਹਨਾਂ ਦੇ ਸਾਰਿਆਂ ਨਾਲ ਲੜਾਉਣਾ। ਗਰਚਾ ਭਰਾ ਨੇ ਦੋਨੋਂ ਮੇਰੇ ਨਾਲ ਖੜੇ ਨੇ, ਹੋਰ ਵੀ ਬਹੁਤ ਸੱਜਣ ਨੇ ਜਿਹੜੇ ਦਿਨੋਂ ਦਿਨ ਸਾਡੀ ਟੀਮ ਵੱਧਦੀ ਜਾ ਰਹੀ ਹੈ। ਤੁਸੀਂ ਨੈਕਸਟ ਜਦੋਂ ਆਉਣਗੇ। Subscribe to our YouTube channel News DNN by clicking the bell icon. Don't forget to like, comment and share.